ਯਾਰ ਸਰ ਨੂੰ ਬਿਲਕੁਲ ਗੁੱਡ ਮਾਰਨਿੰਗ ਹੈ ਨਾ, ਅਤੇ ਸਵੇਰੇ ਸਵੇਰੇ ਦੇ ਵੱਜੇ ਨੇ 7, ਅਤੇ ਉਹ ਟਰਾਲੀ ਲੈ ਕੇ ਹੈ ਨਾ ਬਰਨਾਲੇ ਨੂੰ ਚਲੇ ਗਏ, ਅਤੇ ਬਸ ਅੱਜ ਦਾ ਦਿਨ ਰਹਿ ਗਿਆ ਨਾ ਲਾਸਟ ਲਾਸਟ ਕੱਲ੍ਹ ਦਿਨ ਹੱਥ, ਅੱਜ ਵਾ ਲਾਸਟ ਮੱਕੀ ਵੱਢਣੀ ਹੈ ਅਤੇ ਕੱਲ੍ਹ ਨੂੰ ਲਾਸਟ ਕਿੜਾਏਗਾ। ਘਰੋਂ ਨਿਕਲੇ ਹਾਂ ਬਾਹਰ ਹੈ ਨਾ, ਤਾਂ ਡਾਂਗ ਚੱਕ ਲਈ ਸੂਟੀ ਆ, ਤਾਂ ਹੁਣ ਆਪਾਂ ਕੱਦੂ ਲੈ ਕੇ ਆਉਂਦੇ ਹਾਂ ਨਾ ਇੱਕ, ਤਾਂ ਉੱਥੇ ਕੱਬੜ ਕੁੱਬੜ ਵਾਲਾ ਹੈ ਨਾ, ਤਾਂ ਐਵੇਂ ਕੋਈ ਜਾਨਵਰ ਜੂਨਵਰ ਬੈਠਾ ਹੁੰਦਾ ਤਾਂ ਸੂਟੀ ਨਾਲ ਪਹਿਲਾਂ ਹਲਿਆ ਲਏ, ਕਿਤੇ ਸਿੱਧੀ ਸੱਪ ਸੁੱਪ 'ਤੇ ਪੈਰ ਧਰਿਆ ਜਾਵੇ ਹੈ ਨਾ, ਸਬਜ਼ੀ ਮੱਕੀ ਨੂੰ ਪਾਣੀ ਹੈ ਨਾ। ਬਸ ਕੱਲ੍ਹ ਦਾ ਦਿਨ ਬਰਨਾਲੇ ਇੱਕ ਗੇੜਾ ਹੋਰ ਲੱਗੂ ਹੈ ਨਾ, ਤਾਂ ਉਸ ਤੋਂ ਬਾਅਦ ਆਪਾਂ ਵਾਹਣ ਵਾਹੁਣ ਲੱਗਾਂਗੇ। ਫਿਲਹਾਲ ਗਾਈ 10:30 ਹੋ ਗਏ ਹੈ ਨਾ, ਅਤੇ ਹੁਣ ਆਪਾਂ ਚੱਲਦੇ ਹਾਂ ATM 'ਚ ਪੈਸੇ ਕਢਾ ਕੇ ਲਿਆਉਂਦੇ ਹਾਂ। ਆ ਜਾ ਸਕੂਟਰੀ ਲੈ ਕੇ ਦਬਾ ਦਵੇ ਯਾਰ। ਦਸ 50 ਹੋ ਗਏ ਫਿਲਹਾਲ ਹੈ ਨਾ, ਤਾਂ ਵਾਪਸ ਆ ਗਿਆ, ਤਾਂ ਅੱਜ ਸੰਡੇ ਸੀ, ਮੈਂ ਤਾਂ ਭੁੱਲ ਗਿਆ ਨਾ ATM ਕਿੱਥੋਂ ਚੱਲੂਗਾ, ਤਾਂ ਫਿਲਹਾਲ ਹੁਣ ਮੋਟਰਸਾਈਕਲ 'ਤੇ ਪਿੰਡ ਜਾਂਦਾ ਮੈਂ ਹੈ ਨਾ, ਟਰੈਕਟਰ ਰੱਖ ਕੇ ਲਿਆਉਣਾ ਪਿੰਡ, ਉੱਥੇ ਡੈਡੀ ਮੇਰਾ ਉੱਥੇ ਉੱਧਰ ਬਾਈ ਜੂ ਉੱਥੇ ਹੋਲੇ। 5:30 ਹੋ ਗਏ ਹੈ ਨਾ, ਹੁਣ ਨਾਲੇ ਤਾਂ ਮੱਕੀ ਦੇ ਵਿੱਚ ਗਿਆ ਨਹੀਂ ਮੈਂ ਹੈ ਨਾ, ਹੁਣ ਜਾਂਦਾ ਪਹਿਲਾਂ ਪਹਿਲਾਂ ਮੈਂ ਕਿਤੇ ਹੋਰ ਜਾਂਦਾ, ਤਾਂ ਹੁਣ ਤਾਂ ਪੂਰੇ ਦਿਨ ਦਾ ਜਮੀਨ ਹੀ ਸ਼ੂਟ ਹੋਇਆ ਹੈ ਨਾ, ਕੋਈ ਸਿਰ ਜਦੋਂ ਕੀ ਆਉਂਦਾ ਸੀ, ਹੁਣ ਥੋੜ੍ਹਾ ਜਿਹਾ ਸੈੱਟ ਹੋਇਆ, ਤਾਂ ਫਿਲਹਾਲ ਹੁਣ ਆਪਾਂ ਚੱਲਦੇ ਹਾਂ ਨਾ ਕੇਕ ਲੈਣ। ਅਤੇ ਲਾਲ ਗਈ ਸਾਨੂੰ ਕੇਕ ਲੈ ਕੇ ਘਰ ਆ ਗਏ, ਤਾਂ ਅਸੀਂ ਪਹਿਲਾਂ ਗਏ ਸੀ ਢਿੱਡਰੀਆਂ ਮਿਲਿਆ ਨਹੀਂ ਹੈ ਨਾ, ਜਿਹਾ ਚਾਹੀਦਾ ਸੀ ਬਿੱਗ ਸਾਈਜ਼, ਤਾਂ ਫਿਰ ਹੁਣ ਧਨੌਲੇ ਜਾ ਕੇ ਆਏ ਹਾਂ, ਉੱਧਰ ਉੱਧਰ ਧਨੌਲੇ ਲੰਘ ਗਿਆ, ਤਾਂ ਫਿਲਹਾਲ ਇੱਧਰ ਮੱਕੀ ਦੇਖੋ ਮਗਰ ਵੜਤੀ ਹੈ ਨਾ, ਭਰੀਆਂ ਪਾਈ ਜਾਂਦੇ ਬਸ। ਦੇਖੋ ਮੁੰਡੇ ਉਹ ਨਿਊ ਲੁੱਕ ਆਈਫੋਨ 13 ਦੀ, ਅਤੇ ਆਪਣੇ 7 ਦੀ ਨਿਊ ਲੁੱਕ ਬਣ ਚੁੱਕੀ ਆ। ਇੱਧਰ ਲੀਹ ਪੱਕੀ ਹੋ ਰਹੀ ਹੈ ਮੁੰਡੇ, ਲੀਹ ਪੱਕੀ। ਹਾਂਜੀ ਗਾਈ ਸਰ ਨੂੰ ਬਿਲਕੁਲ ਗੁੱਡ ਮਾਰਨਿੰਗ ਹੈ ਨਾ, ਅਤੇ ਸਵੇਰੇ ਸਵੇਰੇ ਦੇ ਬੱਚੇ ਨੇ ਕੁਝ ਸ਼ੇਕ ਆ ਕਿਆ ਦਾਵ ਦੂ ਤਾਂ ਨਹੀਂ ਆ ਗਈ, ਤਾਂ ਉਹ ਤਾਂ ਟਰਾਲੀ ਲੈ ਕੇ ਚਲੇ ਗਏ ਹੈ ਨਾ, ਖਾਣਾ ਮਿਲਿਆ ਰੋਟੀ ਰੋਟੀ, ਐਕਚੁਲੀ ਅਸੀਂ ਉੱਥੇ ਖਾਂਦੇ ਹੁੰਦੇ ਹਾਂ ਨਾ, ਇੱਥੇ ਰੋਟੀ ਖਾਵਾਂਗੇ ਤਾਂ ਲੇਟ ਹੋਏ ਰਹਿੰਦੇ ਹਾਂ, ਤਾਂ ਅੱਜ ਲਾਸਟ ਕਿਹੜਾ ਨਹੀਂ, ਲਾਸਟ ਕਿਹੜਾ ਕੱਲ੍ਹ ਨੂੰ ਆਉਣਾ, ਤਾਂ ਕੱਲ੍ਹ ਨੂੰ ਚੱਲਾਂਗੇ ਸਾਰੇ ਹੈ ਨਾ। ਇੱਥੇ ਲਾਈ ਹੈ ਨਾ ਰਾਤ ਤੜਕੇ ਲਾਈਟ, ਰਾਤ ਦੀ ਲੱਗੀ ਹੋਈ ਹੈ ਤੜਕੇ 'ਚ ਕੰਮ ਕਰਦੇ ਨਾ, ਇੰਨੇ ਕਮਾਉਣ 'ਚ ਕਿਹੜਾ ਭਰਿਆ ਗਿਆ ਜੀ, ਆਹ ਸਾਰੀ ਵੱਟਾਂਗੇ। ਅਤੇ ਫਿਲਹਾਲ ਗਾਈ 8:33 ਦਾ ਟਾਈਮ ਆ, ਅਤੇ ਹੁਣ ਆਪਾਂ ਚੱਲਦੇ ਹਾਂ ਨਾ ਪਿੰਡ, ਸਕੂਟਰੀ ਕੱਢ ਲਈ ਹੈ ਨਾ, ਅਤੇ ਹੈ ਤਾਂ ਮੈਂ ਘਰੇ ਇਕੱਲੀ ਹਾਂ, ਬਾਕੀ ਸਾਰੇ ਮੱਕੀ ਸਿੱਟਣ ਬਾਕੀ ਬਰਨਾਲੇ ਚਲੇ ਗਏ, ਅਤੇ ਦੁਪਹਿਰ ਦੇ ਵੱਜ ਗਏ ਆਪਣੇ 2:30, ਅਤੇ ਕਈ ਹੈਗੇ ਆ ਮੇਰੇ ਮਾਂ ਪਿਓ ਵਰਗੇ, ਅਤੇ ਕਈ ਹੈਗੇ ਆ ਭੈਣ ਭਾਈ, ਹੁਣ ਆਪਾਂ ਟਰਾਲੀ ਜਿਹੜੀ ਲੈ ਕੇ ਆਏ ਸੀ ਨਾ 2-3 ਦਿਨਾਂ ਦੀ ਰੱਖੀ ਬੈਠੇ ਸੀ, ਉਹ ਆਪਾਂ ਛੱਡ ਕੇ ਆਉਂਦੇ ਹਾਂ, ਇੱਕ ਕਿਹੜਾ ਰਹਿ ਗਿਆ ਉਹ ਤਾਂ ਬਸ 30 ਕੁ ਟਰਾਲੀ ਲੈ ਕੇ ਜਾਵਾਂਗੇ ਹੈ ਨਾ, ਤਾਂ ਉਦੋਂ ਬਾਅਦ ਟਰਾਲੀ ਦਾ ਆਪਾਂ ਡਬਲ ਟਰੀ ਕਰਾਉਣੀ ਆ। ਕਿ ਹਰੇਕ ਦੀ ਜ਼ਿੰਦਗੀ 'ਚ ਕੁਛ ਨਾ ਕੁਛ ਹੁੰਦਾ, ਉਹਦੇ ਲਈ ਲੱਕੀ ਫਾਈਨਲੀ ਅੱਜ ਨਿਬੜ ਜੂਗੀ ਆਪਣੀ ਮੱਕੀ। ਫਿਲਹਾਲ ਹੁਣ ਆਪਾਂ ਕਰਦੇ ਹਾਂ ਟਰੈਕਟਰ ਨੂੰ ਸਟਾਰਟ ਹੈ ਨਾ, ਐਕਚੁਲੀ ਵਾਹਣ ਦੇ ਉਹ ਜਮ੍ਹਾਂ ਸਿਰ ਦੇ ਛੱਡ ਜਿੰਦਰਾ ਪਿਆ ਹੈਗਾ, ਤਾਂ ਉਹਨੂੰ ਚੱਕ ਕੇ ਜਾਵਾਂ ਉੱਧਰ ਧਰ ਕੇ ਆਉਣਾ ਪਹਿਲਾਂ ਤਾਂ ਮੈਂ ਹੈ ਨਾ, ਤਾਂ ਗਾਈ ਜਿੰਦਰਾ ਪਾ ਲਿਆ, ਅਤੇ ਹੁਣ ਹੁਣ ਹੈ ਨਾ ਇੱਕ ਹੋਰ ਰਾਇ ਬਣੀ ਆ, ਉਹ ਕਰਕੇ ਕਰਦੇ ਹਾਂ ਨਾ ਟਰੈਕਟਰ ਦੇ ਉੱਪਰ ਵੱਡੇ ਹਾਰਨ ਗਾ ਦੇਵਾਂਗੇ, ਮੇਰਾ ਨੇ ਮੋਟਰਸਾਈਕਲ ਦੇ ਖੋਲ੍ਹ ਕੇ ਨਾ, ਮੋਟਰਸਾਈਕਲ ਤਾਂ ਹੁਣ ਮੈਂ ਕਵਾਲਾ ਕਿਤੇ ਲੈ ਕੇ ਜਾਣਾ ਨਹੀਂ। ਹਾਂਜੀ ਗਾਈ ਸਰ ਨੂੰ ਵੈਰੀ ਗੁੱਡ ਮਾਰਨਿੰਗ, ਕਿ ਖਬਰ ਚਾਹੇ ਝੂਠੀ ਹੋਵੇ ਚਾਹੇ ਸੱਚੀ ਹੋਵੇ, ਬਿਨਾਂ ਸੋਚੇ ਸਮਝੇ ਲੋਕ ਇੱਕ ਦੂਜੇ ਨੂੰ ਕਰ ਦਿੰਦੇ ਨੇ ਸੈਂਡ, ਅੱਜ ਜਾਂ ਕੱਲ੍ਹ ਨੂੰ ਵਾਹਣ ਵਾਹੁਣ ਲੱਗ ਜਾਂਗੇ, ਅਤੇ ਫਾਈਨਲੀ ਮੱਕੀ ਹੋ ਗਈ ਆਪਣੀ ਜਮ੍ਹਾਂ ਐਂਡ। ਹਾਂ ਅੱਜ ਲਾਸਟ ਵਗੇੜਾ ਵੱਗ ਗਿਆ ਹੈ ਨਾ, ਇਹ ਤੋਂ ਬਾਅਦ ਮੱਕੀ ਆਪਾਂ ਵੱਢਣੀ ਨਹੀਂ, ਅੱਜ ਤਾਂ ਥੋੜ੍ਹੀ ਮਲ ਗਿਆ ਹੈ ਨਾ, ਅੱਜ ਤਾਂ ਮੰਨ ਕੇ ਚੱਲੋ ਹੈ ਨਾ 150-160 ਕੱਪਰੀਆਂ ਗਈਆਂ ਨੇ, 30-40 ਕੁਇੰਟਲ ਹੀ ਗਏਗਾ। ਊਂ ਕਈਆਂ ਬਹੁਤਾਂ ਨੂੰ ਕਨਫਿਊਜ਼ਨ ਹੈ ਨਾ, ਜਿਹੜਾ ਮੈਂ ਬੋਲਦਾ ਉਹ ਲਿਖਦਾ ਨਹੀਂ, ਉਹ ਤਾਂ ਵੈਸੇ ਮੈਂ ਵੈਸੇ ਜੋੜ ਲੈਣਾ ਹੁੰਦਾ ਨਾ, ਮੈਂ ਕੋਈ ਸ਼ਬਦ ਮੇਨ ਜਾਂ ਚੁਣ ਕੇ, ਤਾਂ ਬਸ ਮੈਂ ਮੂਸੇਵਾਲ ਦੇ 3-4 ਸ਼ਹਿਰੀਆਂ ਲਿਖੀਆਂ ਸੀਗੀਆਂ, ਉਹ ਆਹ ਟੁੱਟੇ ਹੀ ਨਹੀਂ, ਜਿਹੜੇ ਮੈਂ ਬੋਲਦਾ ਨਾ ਉਹ ਵੱਡੀਆਂ ਸ਼ਹਿਰੀਆਂ ਦੁਨੀਆਂ, ਫਿਰ ਸੁਣਾਉਂਦਾ ਹਾਂ ਜਾ
ਕਿ ਜਿਹੜੇ ਜਾਣਦੇ ਹੁੰਦੇ ਉਹ ਕਹਿਣ ਨੂੰ ਨਹੀਂ ਹਟਦੇ ਭਾਵੇਂ ਉਹਨਾਂ ਦੀ ਟੋਏ 'ਚ ਫਸੀ ਹੋਵੇ ਲੱਤ ਬਾਹਰਲੇ ਬੰਦੇ ਕਹਿੰਦੇ ਆ ਚੰਗਾ ਆਪਣੇ ਸਾਲੇ ਮੈਨੂੰ ਦਿੰਦੇ ਨੇ ਮੱਤ ਅਤੇ ਫਿਲਹਾਲ ਕਾ ਸਾਰਾ ਵਾਹਨ ਆਪਣਾ ਵਿਹਲਾ ਹੋ ਚੁੱਕਿਆ ਹੈ ਨਾ ਪਰ ਵਾਹਿਆ ਨਹੀਂ ਅਜੇ ਵਾਹਨ ਹੈ ਨਾ ਕੱਲੂ ਵੀ ਨਹੀਂ ਪਾਉਂਦੇ ਹੈ ਨਾ ਐਕਚੁਲੀ ਕੰਮ ਪਤਾ ਕੀ ਹੈ ਕੱਲੂ ਹੱਥ ਨੇ ਭਾਵੇਂ ਵਧੀਏ ਐਕਚੁਲੀ ਯਾਰ ਇਹ ਖੜਿਆਉਣਾ ਹੈ ਨਾ ਇਹ ਕਰਾਹਣਾ ਤਾਂ ਖੜਿਆ ਨਹੀਂ ਸਕਦੇ ਡੁੰਦੀ ਹੁਣ ਤਾਂ ਬੁੱਠਣਾ ਨਾਲ ਹੈ ਨਾ ਜਾਂ ਟੋਕਰੇ ਨਾਲ ਪਰ ਐਂ ਖੜਿਆਉਣਾ ਪਊ ਇਹ ਚਾਰ ਟਰਾਲੀਆਂ ਲਾਹੀਆਂ ਨੇ ਡੇਢ ਕਿੱਲੇ ਦੇ ਵਿੱਚ ਹੈ ਨਾ ਆਹ ਭੱਠੇ 'ਚ ਐਂ ਸਾਰੇ ਅੱਡੋ ਅੱਡ ਵਾਹਣਾ ਚਾਹੇ ਅੱਡੋ ਅੱਡ ਪੱਟਿਆਂ 'ਚ ਲਾਹੀਆਂ ਹੋਈਆਂ ਨੇ ਕਿ ਅੱਜ ਦੇ ਟਾਈਮ 'ਚ ਜਿਹੜਾ ਬੋਲੇ ਇਹਨਾਂ ਨੂੰ ਹਰੇਕ ਦਬਾਉਂਦਾ ਗਾ ਨਰਮ ਬੰਦੇ ਨੂੰ ਹਰੇਕ ਜਾਂਦਾ ਗਾ ਸ਼ੇਡ ਆਹ ਗੱਲਾਂ ਤਾਂ ਕਿਸੇ ਦੇ ਪੱਲੇ ਪੈਣੀਆਂ ਨਹੀਂ ਚਲੋ ਆਪਾਂ ਖੇਤ ਬਾਰੇ ਦੱਸਦੇ ਹਾਂ ਅਤੇ ਮੱਕੀ ਆ ਪੱਧਤੀ ਜਮ੍ਹਾਂ ਨਿਬੇੜ ਤਾਂ ਕਿ ਹੁਣ 6 ਵੱਜ ਗਏ ਨਾ 16 ਮਿੰਟ ਦਾ ਟਾਈਮ ਆ ਅਤੇ ਫਿਲਹਾਲ ਹੈ ਨਾ ਹੁਣ ਪਲੈਨ ਹੈ ਮੇਰਾ ਐਕਚੁਲੀ ਜਾਣ ਦਾ ਨਾ ਮੰਦਰ ਦੇ ਵਿੱਚ ਪੂਰੇ ਪੱਖ ਨਹੀਂ ਬੰਦੇ ਜੋ ਚਲਾ ਕੱਫੜ ਨਹੀਂ ਦੀ ਅੱਖ ਨਹੀਂ।